ਪਿੰਡ ਬਾਲੜਾ ਵਿਖੇ ਟੋਭੇ ਵਿੱਚ ਡਿੱਗ ਕੇ ਇੱਕ ਨੌਜਵਾਨ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਹਾਕਮ ਸਿੰਘ ਅਤੇ ਮਾਮਾ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਬੰਟੀ, ਜਿਸ ਦੀ ਉਮਰ 25 ਵਰ੍ਹੇ ਸੀ, ਜੋ ਕਿ ਪਿੰਡ ਭੋਗਪੁਰ ਮੋਟਰਸਾਈਕਲ ਰਿਪੇਅਰ ਦੀ ਸ਼ੋਪ ਚਲਾਉਂਦਾ ਸੀ, ਨੂੰ ਬੰਦ ਕਰਕੇ ਸ਼ਾਮ ਕਰੀਬ 7:30 ਵਜੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਦੇ ਨੇੜਲੇ ਟੋਭੇ ਕੋਲ ਪੁੱਜਿਆ ਤਾਂ ਅਚਾਨਕ ਕਿਸੇ ਵਾਹਨ ਦੀ ਲਾਈਟ ਅੱਖਾਂ ਵਿੱਚ ਪੈਣ ਕਾਰਨ ਉਹ ਟੋਭੇ ਵਿੱਚ ਡਿੱਗ ਗਿਆ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਟੋਭਾ ਖਾਲੀ ਕਰਕੇ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਸੰਦੀਪ ਸਿੰਘ ਬੰਟੀ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸਨੇ ਇਹ ਦੁਕਾਨ ਖੋਲ੍ਹੀ ਸੀ ਅਤੇ ਮਾਰਚ ਮਹੀਨੇ ਵਿੱਚ ਉਸ ਦਾ ਵਿਆਹ ਸੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਇੱਕ ਮੋਟਰਸਾਈਕਲ ਸਵਾਰ ਆਪਣੀ ਪਤਨੀ ਸਮੇਤ ਇਸ ਟੋਭੇ ਵਿੱਚ ਡਿੱਗ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਹਨਾਂ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਟੋਭਾ ਸੜਕ ਦੇ ਬਰਾਬਰ ਹੋਣ ਕਾਰਨ ਸੜਕ ਵਾਲੀ ਸਾਈਡ 'ਤੇ ਕੰਧ ਕਰਨ ਦੀ ਮੰਗ ਕੀਤੀ। ਫਿਰ ਉੱਥੇ ਰਸਤੇ 'ਚ ਮੌਤ ਹੋ ਗਈ ਜਾਂ ਉੱਥੇ ਡਾਕਟਰ ਨੇ ਮਿੰਟ ਕਰਾਰ ਦੇ ਦਿੱਤਾ ਜੀ। ਕੀ ਨਾਮ ਹੈ ਜੀ ਬੇਟੇ ਦਾ? ਬੇਟੇ ਨਾਮ ਜੀ ਸੰਦੀਪ ਸਿੰਘ। ਕਿੰਨੇ ਸਾਲ ਦਾ ਸੀ? 27 ਸਾਲ ਦੀ ਉਮਰ ਸੀ। ਅਤੇ ਉਹਦੀ ਵਿਆਹ ਵਗੈਰਾ ਵੀ ਰੱਖਿਆ ਹੋਇਆ ਸੀ ਕੁਛ? ਨਹੀਂ, ਦੇਖੋ ਜੀ ਦਿਨ ਰੱਖੇ ਵੀ ਸੀ ਆਪਣੇ ਮਾਰਚ 'ਚ। ਮਾਰਚ 'ਚ ਵਿਆਹ ਰੱਖਿਆ? ਹਾਂਜੀ ਹਾਂਜੀ ਬਿਲਕੁਲ। ਕੀ ਮੰਗ ਕਰਦੇ? ਪਹਿਲਾਂ ਵੀ ਕਿਤੇ ਹਾਦਸੇ ਵਾਪਰੇ ਨੇ, ਕਹਿੰਦੇ ਪਹਿਲਾਂ ਵੀ ਟੋਭੇ 'ਚ ਗਿਰੇ? ਪਹਿਲਾਂ ਕਹਿੰਦੇ ਆ ਅਤੇ ਬਸ ਤਾਂ ਆਪਣੇ ਨੇ ਕਹਾਂ ਜੋ ਸਾਡਾ ਆਪਣਾ ਗਿਰਿਆ ਕਹਾਂਗੇ ਪਤਾ ਨਹੀਂ। ਕੀ ਮੰਗ ਕਰਦੇ ਹੋ ਪੰਜਾਬ? ਬਸ ਤਾਂ ਕਹਾਂਗੇ ਇਹਦੀ ਚਾਰਦਵਾਰੀ ਹੋਣੀ ਚਾਹੀਦੀ ਜੀ। ਕੱਲ੍ਹ ਕੋਈ ਹੋਰ ਹਾਦਸਾ ਨਾ ਵਾਪਰੇ, ਜੋ ਸਾਡਾ ਤਾਂ ਅੱਗੇ ਜਾਣਾ ਤਾਂ ਚਲੇ ਗਿਆ ਜੀ। ਕਹਿੰਦੇ ਇਹਦੀ ਚਾਰਦਵਾਰੀ ਹੋਵੇ ਅਤੇ ਮਤਲਬ ਅੱਗੇ ਨੂੰ ਇਹੋ ਜਿਹਾ ਹਾਦਸਾ ਨਾ ਵਾਪਰੇ। ਮੇਰਾ ਨਾਮ ਹਾਕਮ ਸਿੰਘ ਹੈ। ਕਿਵੇਂ ਕਿਵੇਂ ਹੋਇਆ ਜੀ? ਕਿੱਥੇ? ਭੈਰੋਂ ਭਰੇ ਪਿੰਡ 'ਚ ਇਹਦੀ ਦੁਕਾਨ ਕਰੀ ਹੋਈ ਤੀ ਜੀ। ਕਾਹਦੀ ਦੁਕਾਨ? ਆਪਣੇ ਮੋਟਰਸਾਈਕਲਾਂ ਦੀ। ਉੱਥੇ ਤਾਂ ਇਹ ਘਰ ਨੂੰ ਵਾਪਸੀ ਆ ਰਹੇ ਸੀ ਸ਼ਾਮ ਟਾਈਮ 7:30 8:45 ਦਾ ਟਾਈਮ ਤਾ ਜੀ। 8:45 ਵੱਜਣ ਵਾਲੇ ਸੀ, 5-7 ਮਿੰਟ ਰਹਿੰਦੇ ਹੋਣੇ ਜੀ। ਬੋਲੇ ਤਾਂ ਆਇਆ ਜੀ ਆਪਣੀ ਸਾਈਡ 'ਤੇ, ਦੂਜੀ ਸਾਈਡ ਜਾ ਕੇ ਟੋਭੇ 'ਚ ਗਿਰ ਗਏ ਸਣੇ ਮੋਟਰਸਾਈਕਲ। ਇਕੱਲੇ ਸੀਗਾ ਜੀ ਇਹ ਬਾਈਕ? ਇਕੱਲੇ ਸੀਗੇ। ਇਹਨਾਂ ਨੇ ਕੱਢਿਆ ਜੀ ਇਹ? ਅਤੇ ਪਿੰਡ ਦੇ ਇਕੱਠੇ ਹੋ ਗਏ ਜੀ, ਸਾਰਾ ਪਿੰਡ ਇਕੱਠਾ ਹੋ ਗਿਆ ਜੀ। ਫਿਰ ਉਹਨਾਂ ਨੇ ਹੌਲੀ ਹੌਲੀ ਪਹਿਲਾਂ ਮੋਟਰਸਾਈਕਲ ਕੱਢਿਆ ਜੀ, ਉਸ ਤੋਂ ਬਾਅਦ ਫਿਰ ਇਹਨੂੰ ਕੱਢਿਆ ਜੀ। ਇਹਦਾ ਵਿਆਹ ਵੀ ਰੱਖਿਆ ਸੀ ਕੋਈ? ਵਿਆਹ ਇਹਦਾ ਮਾਰਚ ਦਾ ਲੈਣਾ ਸੀਗਾ ਜੀ। ਕੀ ਨਾਮ ਸੀ ਇਹਦਾ? ਕਿੰਨੀ ਉਮਰ ਸੀ? ਸੰਦੀਪ ਸਿੰਘ ਜੀ, ਸਨ ਆਫ ਹਾਕਮ ਸਿੰਘ, 25 ਸਾਲ। ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸ਼ਰਸ਼ਨ ਤੋਂ ਮੰਗ ਇਹ ਕਰਦੇ ਜੀ, ਬਸ ਟੋਭੇ ਦੀ ਚਾਰਦਵਾਰੀ ਹੈ ਨਹੀਂ ਨਾ ਜੀ। ਹਾਂ ਜੀ, ਕੀਤੀ ਜਾਵੇ ਅੱਗੇ ਵਾਸਤੇ, ਜਿਹੜਾ ਇਹ ਮਤਲਬ ਹਾਸਿਆ ਜਿਹੜੇ ਨਾ ਹੋਣ।